9 ਲੋਕ ਹੁਣ ਤੱਕ ਮਰ ਚੁੱਕੇ ਐ ਜਹ ਹਰੀਲੀ ਸ਼ਰਾਬ ਪੀਣ ਦੇ ਨਾਲ ਤੇ ਤੁਹਾਡੀ ਜਵਾਨ ਵੀ ਨਹੀਂ ਖੁੱਲੀ ਹੋਈ ਤੱਕ ਤੁਸੀਂ ਉਲਟਾ ਗੱਡੀ 'ਚ ਗਾਣੇ ਗਾਉਂਦੇ ਫਿਰਦੇ ਹੋ ਭਗਵੰਤ ਮਾਨ ਜੀ ਦਾ ਹਜੇ ਤੱਕ ਕੋਈ ਬਿਆਨ ਨਾ ਆਉਣਾ ਬੜਾ ਸ਼ਰਮਨਾਕ ਹੈ ਜਿਹ ਪਿੰਡ ਵਾਲੇ ਉਹ ਮਾਰਕਾ ਇੱਕੋ ਹੀ ਦਿਖਾ ਰਹੇ ਨੇ BCL ਇੰਡਸਟਰੀਜ਼ ਵਾਲਾ ਇਹਨਾਂ ਨੇ ਬੋਤਲ ਦਿਖਾਈ ਵੀ ਨਹੀਂ ਜਿਹੜੀ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉੱਤੇ ਕੋਈ ਸ਼ਾਹੀ ਮਾਰਕਾ ਹਰਿਆਣਾ ਦਾ ਦਿਖਾਇਆ ਗਿਆ ਕਿ ਉਹ ਜਿਹੜੇ ਸਟicker ਨੇ ਸ਼ਾਹੀ ਮਾਰਕਾ ਦੇ ਮਤਲਬ ਇਹ ਵੀ ਸਵਾਲ ਹੈ ਕਹਿੰਦੇ ਹੁੰਦੇ ਸੀ ਗਰੀਬ ਦਾ ਚੋਲਾ ਬੁਝਿਆ ਹੈਗਾ ਉਹ ਲੀਡਰਾਂ ਨੂੰ ਨਹੀਂ ਦਿਖਦਾ ਦੂਜੀ ਗੱਲ ਇਹ ਵੀ ਜਦੋਂ ਤੁਸੀਂ ਉਦੋਂ ਕਿਹਾ ਸੀ ਕਿ ਜਿਹੜੇ ਮਜ਼ਦੂਰਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਤੁਸੀਂ ਮੁਆਵਜ਼ਾ ਦਿਓ ਹੁਣੇ ਪਹਿਲੀ ਗੱਲ ਨੌਕਰੀ ਦਿਓ ਜਿਹੜਾ ਤੁਸੀਂ 1-1 ਕਰੋੜ ਮੁਆਵਜ਼ਾ ਦੇਣੇ ਉਹਨਾਂ ਨੂੰ ਵੀ ਦਿਓ ਨਾ ਹੁਣ ਪਿੰਡ ਵਾਲੇ ਨੇ ਉਹ ਜਿਹੜੀਆਂ ਬੋਤਲਾਂ ਦਿਖਾਉਂਦੇ ਪਏ ਨੇ ਉਹ ਤੇ BCL ਇੰਡਸਟਰੀਜ਼ ਜਿਹੜੇ ਬਠਿੰਡੇ ਦੇ ਵਿੱਚ ਡਿਸਟਿਲਰੀ ਲੱਗੀ ਹੋਈ ਹੈ ਉਹਦਾ ਮਾਰਕਾ ਲੱਗਿਆ ਹੋਇਆ ਬੋਤਲਾਂ ਦੇ ਉੱਤੇ ਜਿਹੜੀ BCL ਇੰਡਸਟਰੀ ਉਹ ਮਿੱਤਲਸ ਗਰੀਬ ਮਿੱਤਲਸ ਦੀ ਹੈ ਜਿੱਥੇ ਭਗਵੰਤ ਮਾਨ ਜੀ ਅੱਜ ਹੈਗੇ ਸੀ ਭਗਵੰਤ ਹਰਪਾਲ ਚੀਮਾ ਜੀ ਐਕਸਾਈਜ਼ ਮਿਨਿਸਟਰ ਨੇ ਸ਼ਰਾਬ ਮੰਤਰੀ ਨੇ ਪੰਜਾਬ ਦੇ ਤੇ ਉਹਨਾਂ ਦੇ ਹਲਕੇ ਦੇ ਵਿੱਚ ਚੱਲਦੇ ਕੋਡ ਆਫ ਕੰਡਕਟ ਦੇ ਵਿੱਚ ਇਹ ਜੀ ਘਟਨਾ ਵਾਪਰ ਜਾਣੀ ਕਿਤੇ ਇਹ ਸ਼ਰਾਬ ਜਿਹੜੀ ਹੈਗੀ ਇਹ ਇਹ ਵੋਟਾਂ ਵਾਲੀ ਸ਼ਰਾਬ ਤਾਂ ਨਹੀਂ ਸੀ ਕਿਸ ਤਰੀਕੇ ਨਾਲ ਸ਼ਰਾਬ ਕਿੱਥੋਂ ਆਈ ਕਿਹਨੇ ਵੰਡੀ ਕਿਹਨੇ ਵੰਡਣ ਦਿੱਤੀ ਪਿੰਡ ਵਾਲੇ ਤੇ ਵੀ ਕਹਿੰਦੇ ਕਿ ਅਸੀਂ ਇਹਨਾਂ ਬੰਦਿਆਂ ਨੂੰ ਬੜਾ ਰੋਕਦੇ ਰਹੇ ਸ਼ਿਕਾਇਤਾਂ ਕਰਦੇ ਰਹੇ ਪਰ ਇਥੇ ਇਹ ਰੁਕਿਆ ਨਹੀਂ ਇਹ ਕੰਮ ਜਹਰੀਲੀ ਸ਼ਰਾਬ ਪੀਣ ਦੇ ਨਾਲ 8 ਲੋਕਾਂ ਦੀ ਮੌਤ ਜਿਹੜੀ ਆ ਪਿੰਡ ਗੁਜਰਾ ਦੇ ਵਿੱਚ ਹੋਈ ਆ ਜਿਨ੍ਹਾਂ ਦੇ ਵਿੱਚੋਂ 5 ਤਕਰੀਬਨ ਪਿੰਡ ਗੁਜਰਾ ਦੇ 2 ਤੋਂ ਢੰਡੋਲੀ ਤੇ ਇੱਕ ਹੋਰ ਕਿਸੇ ਪਿੰਡ ਦੇ ਨਜ਼ਦੀਕ ਦੇ ਪਿੰਡ ਦਾ ਜਿਹੜਾ ਵਸਨੀਕ ਸੀ ਪਰ ਮੌਤਾਂ ਜਿਹੜੀਆਂ ਨੇ ਉਹ ਹੋਈਆਂ ਨੇ ਪਰ ਇਹਨਾਂ ਦੇ ਉੱਪਰ ਪੰਜਾਬ ਸਰਕਾਰ ਦੀ ਚੁੱਪੀ ਖਾਸ ਕਰ ਭਗਵੰਤ ਸਿੰਘ ਮਾਨ ਹੋਰਾਂ ਦੀ ਚੁੱਪੀ ਖਾਸ ਕਰ ਹਲਕੇ ਦੇ ਐਮ ਐਲ ਏ ਹਰਪਾਲ ਸਿੰਘ ਚੀਮਾ ਹੋਰਾਂ ਦੀ ਚੁੱਪੀ ਤੇ ਚੁੱਪੀ ਦੇ ਨਾਲ ਹੀ ਉਸ ਹਲਕੇ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਜਾਂ ਉਸ ਪਿੰਡ ਦੇ ਵਿੱਚ ਨਾ ਆਉਣਾ ਵੱਡੇ ਸਵਾਲ ਖੜੇ ਕਰਦਾ ਹੈ ਮੈਂ ਭਗਵੰਤ ਸਿੰਘ ਮਾਨ ਦੀ ਚੁੱਪੀ ਦੀ ਗੱਲ ਤਾਂ ਕਰ ਰਿਹਾ ਹਾਂ ਕਿ 2020 ਦੇ ਵਿੱਚ ਜਦੋਂ ਕੈਪਟਨ ਸਰਕਾਰ ਦੇ ਸਮੇਂ ਜਿਹੜੀ ਹੈਗੀ ਆ ਮੌਤਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਅੰਮ੍ਰਿਤਸਰ ਬਟਾਲਾ ਸਾਈਡ ਤੇ ਤਾਂ ਉਸ ਵੇਲੇ ਭਗਵੰਤ ਸਿੰਘ ਮਾਨ ਦੇ ਵੱਲੋਂ ਸਪੈਸ਼ਲ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਆ ਪਰ ਹੁਣ ਦੂਸਰਾ ਦਿਨ ਬੀਤ ਜਾਣ ਦੇ باوجود ਵੀ ਹਜੇ ਤੱਕ ਚੁੱਪੀ ਜਿਹੜੀ ਹੈ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦੀ ਹੈ ਇਸ ਤੇ ਬਾਅਦ ਕੱਲ ਗੱਲਬਾਤ ਕਰਾਂਗੇ ਮੇਰੇ ਨਾਲ ਮਾਨੀਕ ਗੋਇਲ ਹੋਣਗੇ ਮਾਨੀਕ ਗੋਇਲ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਮਾਨੀਕ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੀ ਲੈਣਾ ਚਾਹੂੰਗਾ ਕਿ ਹਰਪਾਲ ਚੀਮਾ ਹੋਰਾਂ ਦਾ ਹਲਕਾ ਹੋਵੇ ਮੈਂ ਵੀ ਅੱਜ ਉਸ ਪਿੰਡ ਦੇ ਵਿੱਚ ਜਾ ਕੇ ਆਇਆ ਉਹ ਪਿੰਡ ਵਾਸੀ ਕਹਿੰਦੇ ਨੇ ਕਿ ਹਾਲੇ ਤੱਕ ਐਮਐਲਏ ਜਿਹੜੇ ਨੇ ਸਾਡੇ ਪਿੰਡ 'ਚ ਪਹੁੰਚੇ ਤੱਕ ਨਹੀਂ ਇਸ ਚੀਜ਼ ਨੂੰ ਕਿਵੇਂ ਦੇਖ ਦੂੰ ਨੀ ਦੇਖੋ ਹਰਪਾਲ ਚੀਮਾ ਜੀ ਐਕਸਾਈਜ਼ ਮਿਨਿਸਟਰ ਨੇ ਸ਼ਰਾਬ ਮੰਤਰੀ ਨੇ ਪੰਜਾਬ ਦੇ ਤੇ ਉਹਨਾਂ ਦੇ ਹਲਕੇ ਦੇ ਵਿੱਚ ਉਹ ਵੀ ਚੋਣਾਂ ਦੇ ਵਿੱਚ ਚੱਲਦੀਆਂ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਇਹਦੇ ਇਸ ਟਾਈਮ ਤੇ ਜਿਹੜੀ ਇਹ ਜੀ ਟਰੈਜੇਡੀ ਹੋ ਜਾਣੀ ਕਿ 8 9 ਬੰਦੇ ਮੇਖਲ ਚ 9 ਹੋ ਗਿਆ ਹੁਣ ਤਾਂ 9 ਹੋ ਗਏ ਤੇ ਉਹ ਮਰ ਜਾਣੇ ਜਿਹੜੀ ਲਈ ਸ਼ਰਾਬ ਪੀਣ ਦੇ ਨਾਲ ਤੇ ਪੰਜਾਬ ਸਰਕਾਰ ਵੱਲੋਂ ਕੋਈ ਮਤਲਬ ਕੋਈ ਹਜੇ ਤੱਕ ਉੱਥੇ ਕੋਈ ਬੰਦਾ ਹੀ ਨਾ ਪਹੁੰਚਣਾ ਐਮ ਐਲ ਏ ਨਾ ਪਹੁੰਚਣਾ ਉੱਥੇ ਪਿੰਡ ਦਾ ਸਰਪੰਚ ਨਹੀਂ ਹੈਗਾ ਕੋਈ ਉੱਥੇ ਆਇਆ ਹਜੇ ਉਹ ਵੀ ਜਿਹੜੀ ਪਹੁੰਚਿਆ ਹਜੇ ਤੱਕ ਭਗਵੰਤ ਮਾਨ ਜੀ ਨੇ ਕੋਈ ਨਾ ਬਿਆਨ ਜਾਰੀ ਕੀਤਾ ਨਾ ਕੋਈ ਟਵੀਟ ਕੀਤਾ ਅਦਰਵਾਈਜ਼ ਕਿਸੇ ਨਾਲ ਮੇਨੋ ਮੇ ਨਹੀਂ ਹੋਣਾ ਹੋਵੇ ਕਦੇ ਕੈਪਟਨ ਨਾਲ ਕਦੇ ਜਾਖੜ ਨਾਲ ਕਦੇ ਕਿਸੇ ਨਾਲ ਤੇ ਰਾਤ ਨੂੰ 12 ਵਜੇ ਵੀ ਟਵੀਟ ਕਰ ਦਿੰਦੇ ਆ ਮਤਲਬ ਬੜੀ ਬਸ਼ਰਮੀ ਦੀ ਗੱਲ ਹੈ ਇਹ ਕਿ ਚੱਲਦੇ ਕੋਡ ਆਫ ਕੰਡਕਟ ਦੇ ਵਿੱਚ ਇਹ ਜੀ ਘਟਨਾ ਵਾਪਰ ਜਾਣੀ ਇਹ ਵੀ ਮੈਂ ਕਹਿੰਦਾ ਵੀ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ ਕਿਤੇ ਇਹ ਸ਼ਰਾਬ ਜਿਹੜੀ ਹੈਗੀ ਇਹ ਇਹ ਵੋਟਾਂ ਵਾਲੀ ਸ਼ਰਾਬ ਤਾਂ ਨਹੀਂ ਸੀ ਕਿਉਂਕਿ ਵੋਟਾਂ ਦੇ ਵਿੱਚ ਆ ਪਕਸਰ ਦੇਖਿਆ ਕਿ ਹੋਰ ਸਟੇਟਾਂ ਦੇ ਵਿੱਚ ਕਿ ਜਿਹੜੀ ਸ਼ਰਾਬ ਹੈ ਨਕਲੀ ਬਣਾਈ ਜਾਂਦੀ ਹੈ ਬਲਕ ਦੇ ਵਿੱਚ ਬਣਾਈ ਜਾਂਦੀ ਹੈ ਤਾਂ ਕਿ ਸਸਤੀ ਪਵੇ ਤੇ ਉਹ ਵਡੀ ਜਾਂਦੀ ਹੈ ਤੇ ਅਕਸਰ ਆਪਾਂ ਸੁਣਿਆ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਤੇ ਵੀ ਇਹੋ ਜੀ ਗੱਲ ਹੁੰਦੀ ਹੈ ਤੇ ਇਹ ਵੀ ਬੜਾ ਜਾਂਚ ਦਾ ਵਿਸ਼ਾ ਹੈਗਾ ਜਿਸ ਤਰ੍ਹਾਂ ਨੇ ਤੁਸੀਂ ਟਵੀਟ ਦੇ ਵਿੱਚ ਵੀ ਫੇਸਬੁੱਕ ਦੀ ਪੋਸਟ ਦੇ ਵਿੱਚ ਵੀ ਵੱਡੇ ਸਵਾਲ ਜਿਹੜੇ ਖੜੇ ਕੀਤੇ ਆ ਕਿ ਜਿਹੜੇ ਮਾਰ ਕੇ ਮਾਰਕਾ ਹਾਊਸ ਸ਼ਰਾਬ ਦੇ ਉੱਪਰ ਮਿਲਿਆ ਜਿਹੜੀ ਪਿੰਡ ਵਾਸੀ ਜਿਹੜੇ ਨੇ ਉਹ ਦਿਖਾ ਰਹੇ ਨੇ ਉਹੀ ਮਾਰਕਾ ਜਿਹੜਾ ਮਾਰਕੀ ਦੇ ਜਿਹੜਾ ਹੋਟਲ ਆ ਉਹਦੇ ਵਿੱਚ ਭਗਵੰਤ ਸਿੰਘ ਮਾਨ ਆ ਕੇ ਜਿਹੜਾ ਹੈਗਾ ਕੱਲ ਸ਼ਾਮ ਤੋਂ ਅੱਜ 12 1 ਵਜੇ ਤੱਕ ਜਿਹੜੇ ਬਠਿੰਡੇ ਦੇ ਵਿੱਚ ਕੰਫਰਟੈਂਡ ਦੇ ਵਿੱਚ ਰਹਿੰਦੇ ਨੇ ਇਹ ਵੀ ਸਵਾਲ ਤੁਸੀਂ ਖੜਾ ਕੀਤਾ ਨਹੀਂ ਦੇਖੋ ਇਹ ਨੈਚੁਰਲ ਜੀ ਗੱਲ ਹੈ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਉਦਾਂ ਹੀ ਹੋਣਾ ਪਰ ਦੇਖੋ ਇੱਕ ਸਿੰਪਲ ਜੀ ਗੱਲ ਹੈ ਵੀ ਜਿਹੜੇ ਪਿੰਡ ਵਾਲੇ ਨੇ ਉਹ ਜਿਹੜੀਆਂ ਬੋਤਲਾਂ ਦਿਖਾਉਂਦੇ ਪਏ ਨੇ ਉਹਤੇ BCL ਇੰਡਸਟਰੀਜ਼ ਜਿਹੜੇ ਬਠਿੰਡੇ ਦੇ ਵਿੱਚ ਡਿਸਟਿਲਰੀ ਲੱਗੀ ਹੋਈ ਹੈ ਉਹ ਉਹਦਾ ਮਾਰਕਾ ਲੱਗਿਆ ਹੋਇਆ ਬੋਤਲਾਂ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜੀ ਬੀਸੇਲ ਇੰਡਸਟਰੀ ਹੋ ਮਿੱਟਲਸ ਦੀ ਮਿੱਟਲਸ ਦੀ ਹੈ ਜਿੱਥੇ ਭਗਵੰਤਮਾਨ ਜੀ ਅੱਜ ਹੈਗੇ ਸੀਗੇ ਉਹ ਜਿਹੜਾ ਕਨੈਕਟ ਹੁੰਦੀਆਂ ਨੇ ਕਿਵੇਂ ਹੁੰਦੀਆਂ ਨੇ ਤੇ ਜਾਂਚ ਦਾ ਵਿਸ਼ਾ ਹੈ ਨਾ ਆਪਾਂ ਤਾਂ ਗੱਲ ਕਰ ਸਕਦੇ ਹਾਂ ਕਿ ਉਹ ਜਿਹੜਾ ਕਾਂਡ ਹੋਇਆ ਅੱਜ ਭਗਵੰਤਮਾਨ ਜੀ ਉੱਥੇ ਬੈਠੇ ਨੇ ਪਰ ਇਹ ਵੀ ਵੱਡਾ ਸਵਾਲ ਹੁੰਦਾ ਹੈ ਨਾ ਕਿ ਦੇਖੋ ਕਿ ਜਿਹੜੇ ਵੱਡੇ ਵਪਾਰੀਆਂ ਦੀ ਡਿਸਟਿਲਰੀਆਂ ਨੇ ਜਿਨ੍ਹਾਂ ਦੇ ਇਹ ਮਾਰਕੇ ਲੱਗੇ ਹੋਏ ਨੇ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਪਰ ਭਗਵੰਤਮਾਨ ਜੀ ਦੀ ਉਹਨਾਂ ਨਾਲ ਚੰਗੇ ਸਬੰਧ ਨੇ ਉੱਥੇ ਉਹਨਾਂ ਦੇ ਹੋਟਲਸ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਮਿਨਿਸਟਰ ਉੱਥੇ ਰੁਕੇ ਹੋਏ ਆ ਮਤਲਬ ਇਹ ਗੱਲ ਵੀ ਸਵਾਲ ਤਾਂ ਹੈਗਾ ਹੀ ਹੈ ਨਾ ਅੱਗੇ ਬਾਕੀ ਜੋ ਜਾਂਚ ਹੁੰਦੀ ਹੈ ਤੁਸੀਂ ਦੇਖੋਗੇ ਪਿੰਡ ਵਾਲੇ ਹਜੇ ਤੱਕ ਉਹ ਬੋਤਲਾਂ ਦਾ ਗੱਟਾ ਜਿੱਦਾਂ ਤੁਸੀਂ ਕਹਿ ਕੇ ਉਹ ਫੜੀ ਬੈਠੇ ਉਹਥੇ ਤੁਸੀਂ ਦੇਖਿਆ ਉਹ ਉਹਨਾਂ ਕੋਲੇ ਬੂਤੋ ਸਾਰੀਆਂ ਬੋਤਲਾਂ ਤੇ ਸਟicker ਇੱਕੋ ਹੀ ਡਿਸਟਿਲਰੀ ਦਾ ਲੱਗਿਆ BCIL ਇੰਡਸਟਰੀਜ਼ ਬਠਿੰਡਾ ਦਾ ਪਰ ਜਿਹੜੀ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਕੋਈ ਸ਼ਾਹੀ ਮਾਰਕਾ ਹਰਿਆਣਾ ਦਾ ਦਿਖਾਇਆ ਗਿਆ ਕਿ ਉਹ ਜਿਹੜੇ ਸਟicker ਨੇ ਸ਼ਾਹੀ ਮਾਰਕਾ ਤੇ ਮਤਲਬ ਇਹ ਵੀ ਸਵਾਲ ਹੈ ਕਿ ਜੇ ਪਿੰਡ ਵਾਲੇ ਉਹ ਮਾਰਕਾ ਇੱਕੋ ਹੀ ਦਿਖਾ ਰਹੇ ਨੇ BCIL ਇੰਡਸਟਰੀਜ਼ ਵਾਲਾ ਤੇ ਤੁਸੀਂ ਥੋੜੇ ਕੋਲੇ ਅਲੱਗ ਤੋਂ ਇਹ ਜਿਹੜਾ ਸ਼ਾਹੀ ਮਾਰਕਾ ਜਿਹੜਾ ਹਰਿਆਣੇ ਦਾ ਤੋਂ ਤੁਸੀਂ ਉੱਥੇ ਕਿਉਂ ਦਿਖਾਇਆ ਗਿਆ ਜਾਂ ਕਿ ਇਹ ਦੋ ਤਰ੍ਹਾਂ ਦੇ ਮਾਰਕ ਨੇ ਜਾਂ ਕੀ ਗੱਲ ਹੈ ਵੀ ਵੱਡਾ ਸਵਾਲ ਹੈ ਲੋਕਾਂ ਦੇ ਵਿੱਚ ਜੀ ਜਿਹੜੇ ਤੁਸੀਂ ਸ਼ਾਹੀ ਮਾਰਕ ਦੀ ਜਿਹੜੀ ਗੱਲ ਕਰ ਰਹੇ ਹੋ ਕਿ ਅਸੀਂ ਅੱਜ ਪਿੰਡ ਦੇ ਵਿੱਚ ਹੋ ਕੇ ਆਏ ਪਰ ਪਿੰਡ ਦੇ ਵਿੱਚ ਇਹ ਕਿਸੇ ਤਰ੍ਹਾਂ ਦਾ ਉਹ ਸ਼ਾਹੀ ਮਾਰਕਾ ਜਿਹੜਾ ਕਿਸੇ ਤੋਂ ਵੱਲੋਂ ਨਹੀਂ ਦਿਖਾਇਆ ਗਿਆ ਜਿਸ ਤੋਂ ਪਹਿਲਾਂ ਦੀ ਗੱਲ ਕਰੀਏ ਜਿਹੜੀਆਂ ਵੀਡੀਓਜ਼ ਆਈਆਂ ਨੇ ਪਿੰਡ ਵਾਲਿਆਂ ਵੱਲੋਂ ਉਹ ਵੀ ਉਹੀ ਜਿਹੜਾ ਮਾਰਕਾ ਜਿਹੜਾ ਹੁਣ ਮੁਕੰਮਲ ਰਿਹਾ ਇਹੀ ਆ ਤਾਂ ਫਿਰ ਕੀ ਗੱਲ ਆ ਕਿ ਛਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਕੀ ਚੀਜ਼ਾਂ ਹੋ ਰਹੀਆਂ ਨੇ ਨਹੀਂ ਦੇਖ रांझा सूफी ਇਹ ਬੋਤਲ ਜਿਹੜੀ ਫਰਕ ਪਿੰਡ ਵਾਲਿਆਂ ਕੋਲ ਇੱਕ ਨਹੀਂ ਇੱਕੋ ਨਾਲ ਦੀਆਂ ਬੋਤਲਾਂ ਕਈ ਨੇ ਇੱਕੋ ਹੀ ਉਹ ਬਰਬਰ ਮਾਰਕਾ ਇੱਕੋ ਹੀ ਹੈ ਪਰ ਜੇ ਪੁਲਸ ਕੋਲੇ ਜੇ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਮਾਰਕਾ ਆਉਂਦਾ ਉਹਨਾਂ ਨੇ ਮਾਰਕਾ ਕੋਈ ਦਿਖਾਇਆ ਆਪਣਾ ਸ਼ਾਹੀ ਮਾਰਕਾ ਦਿਖਾਇਆਗਾ ਜਿਹੜਾ ਕਿ ਆ ਹੈਗਾ ਇਹ ਇਹ ਅਲੱਗ ਹੈ ਹੂੰ ਬੇਸ਼ਾਹੀ ਹੈ ਇਹ ਇਹ ਹਰਿਆਣੇ ਦਾ ਮੇਡ ਇਨ ਹਰਿਆਣਾ ਫੋਰ ਸੇਲ ਇਨ ਹਰਿਆਣਾ ਦਿਖਾਈ ਗਈ ਹੈ ਇੱਥੇ ਦੇਖੋ ਸਵਾਲ ਤੇ ਲੋਕਾਂ ਨੂੰ ਕਰਨੀ ਚਾਹੁੰਦੇ ਲੋਕ ਕਰ ਵੀ ਰਹੇ ਆ ਸਵਾਲ ਕਿ ਜਿਹੜੇ ਪਿੰਡ ਵਾਲੇ ਹੋਰ ਬੋਤਲ ਦਿਖਾਉਂਦੇ ਪਏ ਐ ਇਹਨਾਂ ਨੇ ਬੋਤਲ ਦਿਖਾਈ ਵੀ ਨਹੀਂ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਨੂੰ ਬੋਤਲ ਨਹੀਂ ਦਿਖਾਈ ਉਹਨਾਂ ਨੇ ਸ਼ਾਹੀ ਮਾਰਕਾ ਕੋਈ ਦਿਖਾਇਆ ਪਤਾ ਨਹੀਂ ਕਿੱਥੋਂ ਫੜਿਆ ਉਹ ਕੀ ਗੱਲਬਾਤ ਹੈ ਪਰ ਸਵਾਲ ਤਾਂ ਕਿਤਨਾ ਕਿਤੇ ਹੈਗਾ ਹੀ ਹੈ ਨਾ ਤੁਸੀਂ ਵੀ ਹੁਣ ਉਹ ਗੁਜਰਾ ਜਾ ਕੇ ਆਏ ਹੋ ਕੀ ਤੁਹਾਨੂੰ ਕੋਈ ਸ਼ਾਹੀ ਮਾਰਕਾ ਦੀ ਬੋਤਲ ਦਿਖੀ ਉੱਥੇ ਸਾਰੇ ਇਹੀ ਜਿਹੜੇ ਜਿਹੜੀ ਆ ਤੁਹਾਨੂੰ ਮੈਂ ਦੱਸੀ ਹੈ ਰਾਂਜਾ ਸੋਫੀ ਵਾਲੀ ਜਿਹੜੀ BCEL ਇੰਡਸਟਰੀ ਦੀ ਹੈਗੀ ਹੈ ਸਾਰਿਆਂ ਕੋਲ ਇਹੀ ਬੋਤਲ ਹੈ ਕਿ ਇਹੀ ਸ਼ਰਾਬ ਨਾਲ ਜਿਹੜੇ ਮੋਤਾਂ ਹੋਈਆਂ ਨੇਗੇ ਸਾਰੀਆਂ ਰਪਾਲ ਸਿੰਘ ਟੀਮਾਂ ਦੀ ਗੱਲ ਕਰੀ ਜਿਵੇਂ ਭਗਵੰਤ ਸਿੰਘ ਮਾਨ ਦੀ ਹਾਲਾਂਕਿ ਤੁਸੀਂ ਗੱਲ ਕੀਤੀ ਹੈ ਕਿ ਜਗਰੋ ਪਿਛਲੀ ਵਾਰੀ ਮੌਤਾਂ ਜਿਹੜੀਆਂ ਨੇ ਹੁੰਦੀਆਂ ਨੇ ਤਾਂ ਉਹਦਾ ਟਵੀਟ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਵੀ ਕੀਤਾ ਜਾਂਦਾ ਹੈ ਪਰ ਹੁਣ ਉਹ ਮੌਕੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਵੇਲੇ ਹਾਲਕਿ ਉਹ ਮੈਂਬਰ ਆਫ ਪਾਰਲੀਮੈਂਟ ਸੀ ਉਸ ਵੇਲੇ ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੋਰੋਨਾ ਟਾਈਮ ਦੇ ਵਿੱਚ ਵੀ ਕਰ ਦਿੱਤੀ ਗਈ ਸੀ ਵੱਡੇ ਵੱਡੇ ਇਲਜ਼ਾਮ ਜਿਹੜੇ ਉਹ ਲਾਤੇ ਗਏ ਸੀ ਉਸ ਵੇਲੇ ਦੀ ਸਰਕਾਰ ਦੇ ਉੱਪਰ ਪਰ ਅੱਜ ਦੀ ਗੱਲ ਕਰਾਂ ਟਵੀਟ ਅਰਵਿੰਦ ਕੇਜਰੀਵਾਲ ਹੋਰਾਂ ਤਾਂ ਉਹਨਾਂ ਦੂਰ ਦੀ ਗੱਲ ਆ ਭਗਵਾਨ ਸਿੰਘ ਮਾਨ ਦੇ ਵੱਲੋਂ ਇੱਕ ਟਵੀਟ ਕਰਕੇ ਇਹ ਤੱਕ ਨਹੀਂ ਕਿਹਾ ਕਿ ਕਿ ਭਾਈ ਜੋ ਚੀਜ਼ ਹੋਈ ਆ ਉਹ ਗਲਤ ਹੋਈ ਆ ਜਾਂ ਜਿਹੜੀ ਜਾਂਚ ਅਸੀਂ ਕਰਾਂਗੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੇਵਾਂਗੇ ਨੇ ਦੇਖੋ ਭਗਵੰਤ ਸਿੰਘ ਮਾਨ ਜੀ ਨੇ ਉਸ ਟਾਈਮ ਤੇ ਬੜੇ ਜੋਰਾਂ ਸ਼ੋਰਾਂ ਨਾਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੇ ਜਿਹੜੇ ਸੁਪਰੀਮੋ ਨੇ ਦਿੱਲੀ ਤੋਂ ਟਵੀਟ ਕਰਦੇ ਪਏ ਨੇ ਕਿ ਪੰਜਾਬ ਦੇ ਜਿਹੜਾ ਇਹ ਮਰੇ ਆ ਲੋਕ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਚੰਗੀ ਗੱਲ ਹੈ ਕਰਣੀ ਚਾਹੀਦੀ ਹੈ ਇਹ ਪਰ ਹੁਣ ਕੀ ਹੋ ਗਿਆ ਹੁਣ ਤੁਹਾਡੀ ਆਪਦੀ ਸਰਕਾਰ ਹੈ ਨੌ ਲੋਕ ਹੁਣ ਤੱਕ ਮਰ ਚੁੱਕੇ ਆ ਤੇ ਤੁਹਾਡੀ ਜਵਾਨ ਵੀ ਨਹੀਂ ਖੁੱਲੀ ਹੋਈ ਤੱਕ ਤੁਸੀਂ ਉਲਟਾ ਗੱਡੀ 'ਚ ਗਾਣੇ ਗਾਉਂਦੇ ਫਿਰਦੇ ਹੋ ਬਿਲਕੁਲ ਉਹ ਨੀਰੋਦੀ ਘਟਨਾ ਹੈ ਨਾ ਕਿ ਜਦੋਂ ਰੋਮ ਮੱਚ ਰਿਹਾ ਸੀਗਾ ਉਦੋਂ ਨੀਰੋ ਬੰਸਰੀ ਵਜਾ ਰਿਹਾ ਸੀ ਮੈਨੂੰ ਤੇ ਵਕਾਈ ਉਹ ਯਾਦ ਆ ਗਈ ਕਿ ਜਦੋਂ ਪੰਜਾਬ ਦੇ ਵਿੱਚ ਲੋਕ ਮਰ ਰਹੇ ਨੇ ਭਗਵੰਤ ਮਾਨ ਜੀ ਬਾਲੀਵੁੱਡ ਦੇ ਸਿੰਗਰਾਂ ਨਾਲ ਗਾਣੇ ਗਾਉਂਦੇ ਫਿਰਦੇ ਨੇ ਮਤਲਬ ਇਹ ਬੜੀ ਸ਼ਰਮਨਾਕ ਗੱਲ ਹੈ ਇਹ ਜੇ ਮਾਹੌਲ ਦੇ ਵਿੱਚ ਗਾਣੇ ਕਿੱਥੋਂ ਸੁਜਦੇ ਕਿਹਨੂੰ ਸੁਜਦੇ ਆ ਮੈਂ ਤਾਂ ਨਹੀਂ ਸਮਝਦਾ ਤੇ ਉਲਟ ਦੂਜੀ ਗੱਲ ਇਹ ਹੈ ਵੀ ਜਦੋਂ ਤੁਸੀਂ ਉਦੋਂ ਕਿਹਾ ਸੀ ਕਿ ਜਿਹੜੇ ਮਜ਼ਦੂਰਾਂ ਦੀ ਮੌਤ ਹੋਈ ਹੈ ਜਿਹੜੇ ਗਰੀਬਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਤੁਸੀਂ ਮੁਆਵਜ਼ਾ ਦਿਓ ਉਹ ਹੁਣ ਪਹਿਲੀ ਗੱਲ ਉਹਨਾਂ ਦਾ ਜਿਹੜਾ ਪਰਿਵਾਰ ਉਹ ਸਾਹਮਦੇ ਸੀ ਕਮਾਉਣ ਵਾਲੇ ਜੀ ਸੀ ਜਿਵੇਂ ਭਗਵੰਤ ਮਾ ਜੀ ਨੇ ਉਦੋਂ ਕਿਹਾ ਸੀ ਉਹਨਾਂ ਦੀ ਦੇਖੋ ਕਿ ਉਹਨਾਂ ਨੂੰ ਨੌਕਰੀ ਦਿਓ ਜਿਹੜਾ ਤੁਸੀਂ 1-1 ਕਰੋੜ ਮੁਆਵਜ਼ਾ ਦੇਣੇ ਉਹਨਾਂ ਨੂੰ ਵੀ ਦਿਓ ਨਾ ਹੁਣ ਤੇ ਤੁਹਾਡੇ ਜਿਹੜੇ ਮੰਤਰੀ ਨੇ ਹਰਪਾਲ ਚੀਮਾ ਜੀ ਉਹਨਾਂ ਨੂੰ ਪੁੱਛੋ ਵੀ ਹਜੇ ਤੱਕ ਉਹ ਉੱਥੇ ਪਹੁੰਚੇ ਕਿਉਂ ਨਹੀਂ ਇਹ ਤੁਹਾਡਾ ਕਿਹੜਾ ਕੋਈ ਐਮਐਲਏ ਆ ਤੁਹਾਡਾ ਕੋਈ ਕੋਈ ਉੱਥੇ ਮਿਨਿਸਟਰ ਐਮਐਲਏ ਜਾਂ ਤੁਸੀਂ ਹਜੇ ਤੱਕ ਇਹਦਾ ਕੋਈ ਬਿਆਨ ਕਿਉਂ ਨਹੀਂ ਜਾਰੀ ਕੀਤਾ ਮਤਲਬ ਇਹ ਇਹ ਸਾਰੇ ਸਵਾਲ ਨੇ ਨਾ ਵੀ ਤੁਸੀਂ ਜਦੋਂ ਕੋਈ ਹੋਰ ਸਰਕਾਰ ਹੁੰਦੀ ਹੈ ਤੇ ਤੁਸੀਂ ਬੋਲਣਾ ਪਰ ਜਦੋਂ ਤੁਹਾਡੀ ਆਪਦੀ ਸਰਕਾਰ ਹੈ ਤੁਸੀਂ ਇੰਨੇ ਜਿਆਦਾ ਇਨਸੈਂਸਟਿਵ ਕਿਵੇਂ ਹੋ ਜਾਂਦੇ ਹੋ ਕਿ ਗਾਣੇ ਗਾਣੇ ਗਾਉਂਦੇ ਫਿਰਦੇ ਹੋ ਤੇ ਉੱਥੇ ਹਜੇ ਤੱਕ ਗਏ ਵੀ ਨਹੀਂ ਕੀ ਲੱਗਦਾ ਆਮ ਘਰ ਦੇ ਮੁੱਖ ਮੰਤਰੀ ਦਾ ਸਮਾਂ ਨਹੀਂ ਲੱਗਿਆ ਉਹਨਾਂ ਘਰਾਂ ਤੱਕ ਕਾਮ ਘਰਾਂ ਤੱਕ ਜਾਣ ਦਾ ਨਹੀਂ ਦੇਖੋ ਆਮ ਆਮ ਮੁੱਖ ਮੰਤਰੀ ਤਾਂ ਹੁਣ ਰਹੇ ਨਹੀਂ ਨਾ ਇਹ ਇਹ ਤਾਂ ਹੁਣ ਖਾਸ ਬਣ ਗਏ ਹੈਲੀਕਾਪਟਰਾਂ ਵਾਲੇ ਜਹਾਜ਼ਾਂ ਵਾਲੇ ਬਣ ਗਏ 4-400 ਕਰੋੜ ਦੇ ਜਹਾਜ਼ਾਂ ਦੇ ਵਿੱਚ ਜਾਂਦੇ ਨੇ ਤੇ ਕਈ-ਕਈ ਲੱਖ ਦੇ ਜਿਹੜੇ ਰੋਜ਼ ਦੇ ਖਰਚੇ ਹੈਗੇ ਹੁਣ ਕਈ-ਕਈ ਲੱਖ ਦੇ ਜਿਹੜੇ ਕੱਪੜੇ ਬੂਟ ਪਾਉਂਦੇ ਨੇ ਤੇ ਇਹ ਹੁਣ ਆਮ ਤਾਂ ਰਹੇ ਨਹੀਂ ਉਹਨਾਂ ਦੀ ਨਿਗਾ ਹੁਣੋ ਚੋਲਿਆਂ ਤੱਕ ਜਾਂਦੀ ਨਹੀਂ ਨਾ ਜਿਹੜੇ ਬੁਝ ਗਏ ਅੱਜ ਬਿਲਕੁਲ ਇਹ ਕਹਿੰਦੇ ਹੁੰਦੇ ਸੀ ਗਰੀਬ ਦਾ ਚੋਲਾ ਬੁਝਿਆ ਹੈਗਾ ਉਹ ਲੀਡਰਾਂ ਨੂੰ ਨਹੀਂ ਦਿਖਦਾ ਹੁਣ ਭਗਵੰਤ ਮਾਜੇ ਨੂੰ ਹਾਂ ਹੁ 40 ਘੰਟਿਆਂ ਦੇ ਕਰੀਬ ਜਿਹੜੇ ਹੋ ਗਏ ਆ ਇਹ ਮੋਤਾਂ ਸ਼ੁਰੂ ਹੋਈਆਂ ਨੂੰ ਤੇ ਹੁਣ ਤੱਕ 9 ਮੋਤਾਂ ਹੋ ਗਈਆਂ ਤੇ ਭਗਵੰਤ ਮਾਨ ਜੀ ਦਾ ਹਜੇ ਤੱਕ ਕੋਈ ਬਿਆਨ ਨਾ ਆਉਣਾ ਬੜਾ ਸ਼ਰਮਨਾਕ ਹੈ ਦੇਖੋ ਲੋਕ ਇਹ ਵੀ ਖਦਸ਼ਾ ਪ੍ਰਗਟਾ ਰਹੇ ਲੋਕ ਇਹ ਵੀ ਕਹਿ ਰਹੇ ਆ ਵੀ ਕਿਤੇ ਜਿਹੜੀ ਉਹ ਗੱਲ ਕਿਤੇ ਜਾ ਕੇ ਇੰਡਸਟਰੀ ਨਾਲ ਜੁੜਦੀ ਹੈ ਕਿਤੇ ਉਹ ਸੱਚ ਤਾਂ ਨਹੀਂ ਵੀ ਕਿਤੇ ਉਸ ਕਰਕੇ ਤਾਂ ਨਹੀਂ ਇਹ ਚੁੱਪ ਹੈਗੇ ਕਈ ਲੋਕ ਇਹ ਵੀ ਕਹਿ ਰਹੇ ਆ ਵੀ ਕਿਸੇ ਉਸ ਕਰਕੇ ਤਾਂ ਨਹੀਂ ਬਠਿੰਡੇ ਚ ਹੈਗੇ ਮਤਲਬ ਬਹੁਤ ਗੱਲਾਂ ਲੱਗੀਆਂ ਜਿਹੜੀਆਂ ਸਵਾਲ ਜਿਹੜੇ ਪੁੱਛੇ ਜਾ ਰਹੇ ਨੇ ਲੋਕਾਂ ਵੱਲੋਂ ਤੇ ਉਹ ਜਾਇਜ਼ ਵੀ ਨਹੀਂ ਲੱਗਦਾ ਕਿਤਨਾ ਕਿਤੇ ਕਿਉਂਕਿ 9 ਲੋਕਾਂ ਦੀ ਮੌਤ 9 ਘਰਾਂ ਦੇ ਜਿਹੜੇ ਕਮਾਉਣ ਵਾਲੇ ਬੰਦੇ ਜਿਹੜੇ ਮਜ਼ਦੂਰ 9 ਮਜ਼ਦੂਰਾਂ ਦੀ ਜਿਹੜੀ ਮੌਤ ਹੋ ਜਾਣੀ ਉਹ ਕੋਈ ਛੋਟੀ ਗੱਲ ਨਹੀਂ ਭਗਵੰਤ ਮਾਨ ਜੀ ਬੜਾ ਲਾਈਟਲੀ ਲੈਂਦੇ ਪਏ ਹਨ 9 ਦੀ ਡੈਥ ਜਿਹੜੀ ਹੋਈ ਆ ਪਰਮਾਨਿਕ ਨਾਲ ਦੀ ਨਾਲ ਬੜੇ ਜਿਹਨੇ ਉਹ ਦਾਖਲ ਵੀ ਨਹੀਂ ਤੇ ਜਿਸ ਤਰ੍ਹਾਂ ਜਿਹਨ ਮੈਂ ਤੁਹਾਨੂੰ ਗੱਲ ਕਰੀ ਕੋਈ ਨੇੜ ਦੇ ਤੇੜ ਦੇ ਤਿੰਨ ਪਿੰਡਾਂ ਦੇ ਵਿੱਚ ਵਿੱਚ ਇਹ ਚੀਜ਼ ਜਿਹੜੀ ਪ੍ਰਭਾਵਿਤ ਹੋਏ ਨੇ ਤਾਂ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸ਼ਰਾਬ ਹੋਰ ਕਈ ਪਿੰਡਾਂ ਨੇ ਵੀ ਪੀਤੀ ਹੋ ਸਕਦੀ ਹੈ ਇਹ ਨਹੀਂ ਕਿ ਹੋਸ ਉਹਨਾਂ ਤਿੰਨਾਂ ਪਿੰਡਾਂ ਤੱਕ ਸੀਮਤ ਰਵੇ ਹੋ ਸਕਦਾ ਕਿ ਵੱਧ ਵੀ ਸਕਦਾ ਜੇ ਕਾਰਵਾਈ ਨਾ ਹੋਈ ਜਲਦੀ ਹਾਂਜੀ ਜਦੋਂ ਇਹ ਗੱਲ ਸਵੇਰੇ ਅਸੀਂ ਲਿਖਦੇ ਪਏ ਸੀ ਉਦੋਂ ਲਿਖਦੇ ਲਿਖਦੇ ਜਿਹੜੇ 6 ਤੋਂ ਮੋਟਾ 9 8 ਹੋ ਗਈਆਂ ਫਿਰ 9 ਹੋ ਗਈਆਂ ਇਹ ਵੀ ਹੈਲਥ ਡਿਪਾਰਟਮੈਂਟ ਦੇ ਪੁਲਿਸ ਦੇ ਵੀ ਕਹਿਣਾ ਹੈਗਾ ਕਿ ਹਜੇ ਹੋਰ ਵੀ ਬੜੇ ਲੋਕ ਬਿਮਾਰ ਨੇ ਕਰੀਬ 12-13 ਲੋਕ ਹੋਰ ਬਿਮਾਰ ਨੇ ਤੇ ਉਹ ਉਹਨਾਂ ਚੋਂ ਵੀ ਜਿਹੜਾ ਹੈਗਾ ਕਿ ਕੋਈ ਹੋਰ ਖਬਰ ਆ ਸਕਦੀ ਹੈ ਜਿਹੜੀ ਆਪਾਂ ਚਾਹੁੰਦੇ ਹਾਂ ਡਾਊਟਲੀ ਚਾਹੁੰਦੇ ਵੀ ਨਾ ਆਵੇ ਤੇ ਇੰਨਾ ਜਿਆਦਾ ਜਿਹੜਾ ਹੈਗਾ ਗੰਭੀਰਤਾ ਵਾਲਾ ਮਸਲਾ ਤੇ ਭਗਵੰਤ ਮਾਨ ਜੀ ਨੂੰ ਆਪਦੇ ਰੁਝੇਵੇਂ ਛੱਡ ਕੇ ਚੋਣ ਪ੍ਰਚਾਰ ਛੱਡ ਕੇ ਬਠਿੰਡੇ ਤੁਸੀਂ ਬੈਠੇ ਹੋਗੇ ਹੋਟਲ ਦੇ ਵਿੱਚ ਆਪਦੇ ਮੰਤਰੀਆਂ ਨਾਲ ਮੀਟਿੰਗ ਕਰਦੇ ਪਏ ਹੋ ਬਠਿੰਡੇ ਤੋਂ ਕਿੰਨੇ ਕੁ ਦੂਰ ਆ ਹੋ ਜੜਬਾ ਕਿੰਨੀ ਕਿ ਦੂਰ ਆ ਬਠਿੰਡੇ ਤੋਂ ਤੁਹਾਡਾ ਆਪਦਾ ਸੰਗਰੂਰ ਤੁਹਾਡਾ ਜਿਹੜਾ ਰਾਜਧਾਨੀ ਕਹਿੰਦੇ ਜਿਹਨੂੰ ਤੁਸੀਂ ਆਪਦੀ ਰਾਜਧਾਨੀ ਕਹਿੰਦੇ ਹੋ ਉਸ ਦਾ ਏਰੀਆ ਸੰਗਰੂਰ ਤੁਹਾਡਾ ਸ਼ਰਾਬ ਮੰਤਰੀ ਉੱਥੋਂ ਦਾ ਐਮਐਲਏ ਹੈਗਾ ਜੜਬੇ ਦਾ ਉੱਥੇ ਜੇ ਹਰੀਲੀ ਸ਼ਰਾਬ ਨਾਲ ਪੀ ਕੇ ਮਰ ਜੇ ਤੇ ਨਾ ਤੁਹਾਡਾ ਮੰਤਰੀ ਪਹੁੰਚੇ ਤੇ ਨਾ ਤੁਸੀਂ ਪਹੁੰਚੋ ਐਦੂ ਬੁਸ਼ਰਮੀ ਦੀ ਕੀ ਗੱਲ ਹੋਊਗੀ ਮੈਂ ਸਮਝਦਾ ਕਿ ਸਾਰੀਆਂ ਗੱਲਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹਨੂੰ ਕਿਸੇ ਐਕਸਟਰਨਲ ਏਜੰਸੀ ਤੋਂ ਕਰਾਇਆ ਜਾਣਾ ਚਾਹੀਦਾ ਜਿੱਦਾਂ ਸੀਬੀਆਈ ਵਗੈਰਾ ਤੋਂ ਕਿ ਕਿਸ ਤਰੀਕੇ ਨਾਲ ਸ਼ਰਾਬ ਕਿੱਥੋਂ ਆਈ ਕਿਨੇ ਵੰਡੀ ਕਿਨੇ ਵੰਡਣ ਦਿੱਤੀ ਪਿੰਡ ਵਾਲੇ ਤੇ ਵੀ ਕਹਿੰਦੇ ਕਿ ਅਸੀਂ ਇਹਨਾਂ ਬੰਦਿਆਂ ਨੂੰ ਬੜਾ ਰੋਕਦੇ ਰਹੇ ਸ਼ਿਕਾਇਤਾਂ ਕਰਦੇ ਰਹੇ ਪਰ ਇਥੇ ਰੁਕਿਆ ਨਹੀਂ ਇਹ ਕੰਮ ਬਿਲਕੁਲ ਤੇ ਜੇ ਉਹ ਵੋਟਾਂ ਚਲਦੀਆਂ ਪਈਆਂ ਨੇ ਸ਼ਰਾਬ ਨਕਲੀ ਵਰਤਾਈ ਜਾ ਰਹੀ ਹੈ ਕੌਣ ਵੰਡਣ ਦੇ ਰਿਹਾ ਕੌਣ ਵੰਡ ਰਿਹਾ ਕੀਦੇ ਇਸ਼ਾਰੇ ਤੇ ਵੰਡੀ ਜਾ ਰਹੀ ਹੈ ਕੌਣ ਪੈਸੇ ਕਮਾ ਰਿਹਾ ਹੈ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਜੀ ਇੱਕ चीज ਦੱਸੋ ਮਤਲਬ ਆਖਰੀ ਸਵਾਲ ਹੋਗਾ ਕਿ ਕੀ ਸਰਕਾਰ ਦੇ ਕੀ ਕੀ ਕੰਮ ਕਮ ਬਣਦਾ ਉਹਨਾਂ ਸਰਕਾਰ ਦਾ ਕੀ ਫੌਰੀ ਤੌਰ ਤੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਦੇਖੋ ਫੌਰੀ ਤੌਰ ਤੇ ਸਰਕਾਰ ਨੂੰ ਜਿਹੜਾ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਆਪਣੇ ਮੰਤਰੀ ਨਾਲ ਉੱਥੇ ਜਾਣ ਇਸ ਚੀਜ਼ ਦੀ ਜਾਂਚ ਹੋਵੇ ਪ੍ਰੋਪਰ ਕਿ ਕੀ ਹੋਇਆ ਹੁਣ ਤੱਕ ਤੇ ਜਿਹੜੀਆਂ ਇਹਨਾਂ ਦੀ ਟੀਮਾਂ ਪ੍ਰੋਪਰ ਉੱਥੇ ਸਾਰੇ ਚੈੱਕਅਪ ਹੋਵੇ ਹੁਣ ਆਪਾਂ ਨੂੰ ਕੀ ਪਤਾ ਕਿਨੇ ਪੀਕੇ ਅੰਦਰ ਬੈਠੇ ਕੋੜ ਕਿੰਨਾ ਬੈਠਾ ਹਾਲਾਂਕਿ ਹੈਲਥ ਡਿਪਾਰਟਮੈਂਟ ਕਹਿ ਰਿਹਾ ਕਿ ਅਸੀਂ ਚੈੱਕਅਪ ਕਰਦੇ ਪਏ ਹਾਂ ਪਰ ਉਹ ਕੋਈ ਆਈਵਾਸ਼ ਜਿਹਾ ਲੱਗਦਾ ਪਿਆ ਜੋ ਕੀਤਾ ਹੁਣ ਤੱਕ ਇਹਨਾਂ ਨੇ ਕਿ ਕਿ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਉੱਥੇ ਜਾਣ ਜਿਹੜੇ ਜਿਹੜੇ ਬੰਦਿਆਂ ਦੀ ਮੌਤ ਹੋਈ ਆ ਉਹਨਾਂ ਨੂੰ ਪ੍ਰੋਪਰ ਮੁਆਵਜ਼ਾ ਉਹਨਾਂ ਨੂੰ ਲਾਣਨ ਜਿਹੜਾ ਉਹਨਾਂ ਦੇ ਪਰਿਵਾਰ ਜਿਹੜੇ ਹੈਗੇ ਆ ਜਿਹੜੇ ਹੁਣ ਕੋਈ ਕਮਾਉਣ ਵਾਲਾ ਜਿੱਥੇ ਨਹੀਂ ਰਿਹਾ ਉਹਨਾਂ ਨੂੰ ਕੌਣ ਸੰਭਾਲੂ ਉਹਨਾਂ ਦੇ ਸਾਮ ਸਭਾਈ ਦਾ ਨੌਕਰੀ ਦਾ ਦੇਖਣ ਤੇ ਜਿਹੜੇ ਇਹਨਾਂ ਦੇ ਵਿੱਚ ਸਪੈਸ਼ਲੀ ਜਿਹੜੇ ਇਹ ਮਾਰਕੇ ਲੱਗੇ ਹੋਏ ਨੇ ਬੋਤਲਾਂ ਦੇ ਉੱਤੇ ਜਾਂ ਜਿਹੜੇ ਬੰਦੇ ਨੇ ਸਪਲਾਈ ਇਹ ਇਹ ਉਹਦੀ ਜਾਂਚ ਹੋਵੇ ਕਿ ਕਿੱਥੋਂ ਇਥਨੋਲਾ ਆ ਕਿੱਥੋਂ ਇਹ ਸ਼ਰਾਬ ਬਣੀ ਕਿਹੜੀ ਡਿਸਟਿਲਰੀ ਦੇ ਵਿੱਚ ਬਣੀ ਕੀ ਗੱਲ ਹੋਈ ਕੀ ਬਾਤ ਹੋਈ ਜਿਹੜਾ ਕਿ ਜਿਵੇਂ ਲੋਕ ਕਹਿ ਰਹੇ ਆ ਕਿ ਗਲਤ ਤੇ ਪੜਦਾ ਪਾਇਆ ਜਾ ਰਿਹਾ ਹੋਰ ਸਟicker ਦਿਖਾ ਕੇ ਉਹ ਗੱਲਾਂ ਨਾ ਹੋਣ ਤੇ ਉਹ ਜਿਹੜੀ ਜਾਂਚ ਆ ਪ੍ਰੋਪਰ ਹੋਵੇ ਕਿਸੇ ਨੂੰ ਬਚਾਣ ਲਈ ਤੁਸੀਂ ਜਿਹੜਾ ਹੈਗਾ ਕੋਸ਼ਿਸ਼ ਨਾ ਕਰੋ ਜੀ ਹਾਂਜੀ ਸਮਝ ਤਾਂ ਬਹੁਤ ਬਹੁਤ ਆਂਕਿਊ ਜੀ ਥੈਂਕ ਯੂ ਸੋ ਮੈਨਰ ਮਨੀ ਗੋਇਲ ਹੋ ਰਹੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂਉਂਦੇ ਹੋ ਇਜਾਜ਼ਤ ਧੰਨਵਾਦ ਜੀ